ਇਹੀ ਜਗ੍ਹਾ ਤੇ ਆਈ ਹੈ, ਲੋਕ ਗਾਹਾਂ ਪਾਣੀ ਪੀਂਦੇ ਆ, ਤੁਹਾਨੂੰ ਪਤਾ ਵਾਟਰ ਪਾਸਾਂ 'ਚ ਪਾਣੀ ਜਾਂਦਾ। ਚਲੋ ਜਵਾਬ ਦੱਸੋ, ਤੈਨੂੰ ਮੈਂ ਜ਼ਹਿਰ ਪਿਆਜ ਕਹਿੰਦਾ ਗਲਤੀ ਹੋ ਗਈ, ਬਾਲ ਖਾਏਗਾ ਤੂੰ ਪਾਣੀ 'ਚ ਪੀਏਗਾ? ਹੈਂ, ਆ ਵਿੱਚੀ ਬਰੇਡ ਆ, ਵਿੱਚੀ ਪਾਣੀ ਗੰਦ ਮੰਦ ਦੇ ਵਿੱਚੀ ਬਾਲ ਤੁਸੀਂ ਪਾਣੀ ਦੇ ਪਾਈ ਨੂੰ ਸੂਏ 'ਚ ਰਹਿਣ। ਤੈਨੂੰ ਐਂ ਪਤਾ ਵੀ ਜਿਹੜਾ ਬਾਲ ਜੇ ਬੰਦੇ ਨੇ ਅੰਦਰ ਲੰਘ ਗਿਆ ਇੱਕ ਵਾਰੀ ਤਾਂ ਗਲਦਾ ਨਹੀਂ। ਜਾਣਕਾਰੀ ਫਿਰ ਜਾਣਕਾਰੀ ਆ ਜੂ, ਅੱਖਾਂ ਦੁਨੀਆ ਲੰਘੀ ਜਾਂਦੀ, ਇਹਨੂੰ ਕੋਈ ਪ੍ਰਵਾਹ ਨਹੀਂ ਵੀ ਆਹ ਪਾਣੀ ਅਸੀਂ ਗਾਹ ਪਿੰਡਾਂ ਦੇ ਪੀਂਦੇ ਹਾਂ ਤੇ ਆਹ ਬਾਲ ਦੇਖੋ, ਆ ਸਾਰੇ ਚੱਕ ਕੇ ਪਾਣੀ ਸੁੱਕਣੇ ਇਹਨਾਂ ਨੇ। ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ। ਤੇ ਜਿਸ ਪਾਣੀ ਨੂੰ ਪੀਣ ਲਈ ਵਰਤਦੇ ਹਾਂ ਉਸੇ ਪਾਣੀ ਨੂੰ ਗੰਦਾ ਅਤੇ ਗੰਧਲਾ ਕਰ ਰਹੇ ਹਾਂ। ਇਹ ਤਸਵੀਰਾਂ ਇਹੀ ਸਭ ਕੁਝ ਬਿਆਨ ਕਰਦੀਆਂ ਨੇ ਜਿੱਥੇ ਕੁਝ ਪ੍ਰਵਾਸੀ ਮਜ਼ਦੂਰਾਂ ਵੱਲੋਂ ਨਹਿਰ ਵਿੱਚ ਵਾਲ ਕੱਟ ਕੇ ਸੁੱਟੇ ਜਾ ਰਹੇ ਸੀ। ਦਰਅਸਲ ਇਹ ਪ੍ਰਵਾਸੀ ਮਜ਼ਦੂਰ ਨਹਿਰ ਦੇ ਕੰਢੇ ਬੈਠ ਕੇ ਵਾਲ ਕੱਟ ਰਹੇ ਸੀ ਅਤੇ ਉਹਨਾਂ ਹੀ ਵਾਲਾਂ ਅਤੇ ਬਲੇਡ ਆਦਿ ਨੂੰ ਨਹਿਰ ਵਿੱਚ ਸੁੱਟ ਰਹੇ ਸੀ। ਜਿਸ ਤੋਂ ਬਾਅਦ ਜਦੋਂ ਉੱਥੋਂ ਲੰਘ ਰਹੇ ਲੱਖਾ ਸਿਧਾਣਾ ਨੇ ਇਹ ਸਭ ਕੁਝ ਦੇਖਿਆ ਤਾਂ ਲੱਖਾ ਸਿਧਾਣਾ ਗੱਡੀ ਵਿੱਚ ਉਤਰ ਕੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਕੋਲ ਪਹੁੰਚੇ ਅਤੇ ਉਹਨਾਂ ਦੇ ਇਸ ਕੰਮ ਨੂੰ ਬੰਦ ਕਰਵਾਇਆ ਅਤੇ ਉਹਨਾਂ ਨੂੰ ਅਜਿਹਾ ਕਰਨ ਤੋਂ ਵਰਜਨਾ ਵੀ ਕੀਤੀ। ਲੱਖਾ ਸਿਧਾਣਾ ਨੇ ਕਿਹਾ ਕਿ ਇਸੇ ਨਹਿਰ ਦਾ ਪਾਣੀ ਵਾਟਰ ਵਰਕਸਾਂ ਵਿੱਚ ਜਾਂਦਾ ਹੈ ਜਿੱਥੋਂ ਕਿ ਲੋਕਾਂ ਦੇ ਪੀਣ ਲਈ ਇਹ ਪਾਣੀ ਸਪਲਾਈ ਹੁੰਦਾ ਹੈ, ਪਰ ਪ੍ਰਵਾਸੀ ਮਜ਼ਦੂਰ ਅਤੇ ਦੂਜੇ ਲੋਕ ਇਸੇ ਪਾਣੀ ਨੂੰ ਗੰਧਲਾ ਕਰ ਰਹੇ ਨੇ। ਪਾਣੀ ਚ ਗਏ ਬਾਲ ਹੈ, ਤੁਹਾਨੂੰ ਇਹੀ ਜਗ੍ਹਾ ਤੇ ਆਈ ਹੈ, ਲੋਕ ਗਾਹਾਂ ਪਾਣੀ ਪੀਂਦੇ ਆ, ਤੁਹਾਨੂੰ ਪਤਾ ਵਾਟਰ ਪਾਸਾਂ ਚ ਪਾਣੀ ਜਾਂਦਾ। ਚਲੋ ਜਵਾਬ ਦੱਸੋ, ਤੈਨੂੰ ਮੈਂ ਜ਼ਹਿਰ ਪਿਆਜ ਕਹਿੰਦਾ ਗਲਤੀ ਹੋ ਗਈ, ਬਾਲ ਖਾਏਗਾ ਤੂੰ ਪਾਣੀ 'ਚ ਪੀਏਗਾ? ਆਹ ਤੇਰੇ ਸਾਹਮਣੇ ਆਹ ਪਿਆ ਬਾਲ, ਆਹ ਪਿਆ ਸਿੱਟੇ ਬਾਲ ਵਿੱਚ ਪਾਣੀ, ਆਹ ਦੇਖ ਲਾ, ਆਹ ਦੇਖ ਲਾ। ਤੈਨੂੰ ਐਂ ਪਤਾ ਵੀ ਜਿਹੜਾ ਬਾਲ ਆ ਵਿੱਚੀ ਬਰੇਡ ਆ, ਵਿੱਚੀ ਪਾਣੀ ਗੰਦ ਮੰਦ ਦੇ ਵਿੱਚੀ ਬਾਲ ਤੁਸੀਂ ਪਾਣੀ ਦੇ ਪਾਈ ਨੂੰ ਸੂਏ 'ਚ ਰਹਿਣ। ਤੈਨੂੰ ਐਂ ਪਤਾ ਵੀ ਜਿਹੜਾ ਬਾਲ ਜੇ ਬੰਦੇ ਨੇ ਅੰਦਰ ਲੰਘ ਗਿਆ ਇੱਕ ਵਾਰੀ ਤੇ ਗਲਦਾ ਨਹੀਂ। ਤੈਨੂੰ ਮੈਂ ਬਾਲ ਪਾਵਾਂ ਪਾਣੀ ਚ ਪੀ ਲੇਗਾ? ਫੇਰ ਤੂੰ ਦੱਸ ਉੱਥੋਂ ਖੜੇ, ਉਦੋਂ ਇੰਨੇ ਬਾਲ ਦੇਖੋ ਲੋਕੋ, ਆ ਇੰਨੀਆਂ ਦੁਨੀਆ ਲੰਘੀ ਜਾਂਦੀ ਆ, ਅੱਖਾਂ ਮੀਚ ਕੇ ਬਿਨਾਂ ਘੋਕਰ ਪਾਉਣ ਦੀਆਂ ਅੱਖਾਂ ਦੁਨੀਆ ਲੰਘੀ ਜਾਂਦੀ, ਇਹਨੂੰ ਕੋਈ ਪ੍ਰਵਾਹ ਨਹੀਂ ਵੀ ਆਹ ਪਾਣੀ ਅਸੀਂ ਗਾਹਾਂ ਪਿੰਡਾਂ ਦੇ ਪੀਂਦੇ ਹਾਂ ਤੇ ਆਹ ਬਾਲ ਦੇਖੋ, ਆ ਸਾਰੇ ਚੱਕ ਕੇ ਪਾਣੀ ਸੁੱਕਣੇ ਇਹਨਾਂ ਨੇ। ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਹੋ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ, ਮਾੜਾ ਮਾੜਾ ਖੜ ਕੇ ਰੋਕ ਨਹੀਂ ਸਕਦੇ? ਅਸੀਂ ਦੇਖ ਕੇ ਰੋਕਿਆ, ਅਸੀਂ ਮੁਕਤਸਰ ਜ਼ਿਲ੍ਹੇ 'ਚ ਖੜੇ ਹਾਂ, ਆ ਦੁਨੀਆ ਕੋਲ ਦੀ ਲੰਘੀ ਜਾਂਦੀ ਆ, ਚਾਹੇ ਕੋਈ ਪਾਣੀ 'ਚ ਕੋਈ ਕੱਟਾ ਸਿੱਟੀ ਜਾਂਦਾ, ਕੋਈ ਬੱਛਾ ਸਿੱਟੀ ਜਾਂਦਾ, ਕੋਈ ਜੇਲ੍ਹ ਪੈ ਗਈ ਉਹ ਸਿੱਟੀ ਜਾਂਦਾ, ਕੋਈ ਮੂਤੀ ਜਾਂਦਾ, ਕੋਈ ਗੋਹਾ ਸਿੱਟੀ ਜਾਂਦਾ, ਗੰਦ ਪਾਣੀ 'ਚੋਂ ਪਾਣੀ ਹੀ ਪੀਂਦੇ ਹਾਂ।
ਜਾਂ ਉੱਠ ਜਾਓ ਤਾਂ ਨਾਈ ਕੋਲ ਮਨਾਓ ਜਾ ਕੇ ਵਾਲ ਬਾਲ ਸੂਹਿਆਂ ਨਹਿਰਾਂ ਦੇ ਵਾਲ ਬਚੂ ਨਹੀਂ ਰਹੇ ਆ ਅਤੇ ਵੀਰੇ ਪਾਣੀ ਤੁਸੀਂ ਰੋਕ ਨਹੀਂ ਸਾਡੇ ਕੋਲ ਖੜ੍ਹੇ ਅਤੇ ਲੱਖਾ ਸਿਧਾਣਾ ਮੁਕਤਸਰ ਜ਼ਿਲ੍ਹੇ ਵਿੱਚ ਜਾ ਰਹੇ ਸੀ। ਇਸ ਦੌਰਾਨ ਜਦੋਂ ਉਹਨਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਦੇਖਿਆ ਤਾਂ ਉਹਨਾਂ ਵੱਲੋਂ ਤੁਰੰਤ ਇਸ ਕੰਮ ਨੂੰ ਬੰਦ ਕਰਵਾ ਰੱਖਿਆ। ਉਹਨਾਂ ਮੌਕੇ 'ਤੇ ਮੌਜੂਦ ਲੋਕਾਂ ਨੂੰ ਲਾਹਨਤਾਂ ਵੀ ਪਾਈਆਂ ਅਤੇ ਕਿਹਾ ਕਿ ਕੋਈ ਵੀ ਅਜਿਹੇ ਲੋਕਾਂ ਨੂੰ ਰੋਕਣ ਲਈ ਤਿਆਰ ਨਹੀਂ ਜਦਕਿ ਪ੍ਰਵਾਸੀ ਮਜ਼ਦੂਰ ਅਤੇ ਦੂਜੇ ਲੋਕ ਸ਼ਰੇਆਮ ਨਹਿਰਾਂ ਵਿੱਚ ਗੰਦ ਮੰਦ ਸੁੱਟ ਰਹੇ ਨੇ। ਹਾਲਾਂਕਿ ਲੱਖਾ ਸਿਧਾਣਾ ਵੱਲੋਂ ਜਦੋਂ ਵਰਜਨਾ ਕੀਤੀ ਗਈ ਤਾਂ ਇਹ ਪ੍ਰਵਾਸੀ ਮਜ਼ਦੂਰ ਮੌਕੇ ਤੋਂ ਤੁਰਦੇ ਬਣੇ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।